34 ਸਾਲ ਬਾਅਦ 84 ਨਸਲ ਖੁਸ਼ੀ ਦੇ ਪੀੜਤਾਂ ਨੂੰ ਇਨਸਾਫ ਦੀ ਉਮੀਦ ਜਗੀ ਹੈ। ਦਿੱਲੀ ਦੇ ਸੁਲਤਾਨਪੁਰ ਇਲਾਕੇ 'ਚ ਸਿੱਖਾਂ ਦੇ ਕਤਲਿਆਂ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਮੁਲਜ਼ਮ ਸੱਜਣ ਕੁਮਾਰ ਖਿਲਾਫ਼ ਦੂਜੀ ਵੱਡੀ ਗਵਾਹੀ ਚਾਮ ਕੌਰ ਨੇ ਦਰਜ ਕਰਵਾਈ ਹੈ। ਚਾਮ ਕੌਰ ਨੇ ਅਦਾਲਤ ਦੇ ਕਟਹਿਰੇ 'ਚ ਖੜ੍ਹੇ ਸੱਜਣ ਕੁਮਾਰ ਦੀ ਪਛਾਣ ਕੀਤੀ ਅਤੇ ਕਿਹਾ ਕਿ ਉਹ ਸੱਜਣ ਕੁਮਾਰ ਹੀ ਸੀ ਜਿਸ ਨੇ ਪੀੜ ਨੂੰ ਹਮਲਾ ਕਰਨ ਲਈ ਉਕਸਾਇਆ ਸੀ। ਇਸੇ 'ਤੇ DSTMC ਨੇ ਵੀ ਚਾਮ ਕੌਰ ਦਾ ਸਮਰਥਨ ਕੀਤਾ। ਇਹਨਾਂ ਨੂੰ ਕਨਫਿਊਜ਼ ਕਰਨ ਦੀ, ਕਦੇ ਇਹਨਾਂ ਨੂੰ ਪਰਚੇਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੇ ਇਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੀ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ 34 ਸਾਲਾਂ 'ਚ। ਔਰ ਅੱਜ ਜਦੋਂ ਐਡੇ ਵੱਡੇ ਵੱਡੇ ਲਾਇਰ ਇਹਨਾਂ ਦੇ ਸਾਹਮਣੇ ਖੜ੍ਹੇ ਕੀਤੇ ਗਏ, ਜੱਜ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਕਿ ਕਿਆ ਆਪ ਸੱਜਣ ਕੁਮਾਰ ਕੋ ਆਈਡੈਂਟੀਫਾਈ ਕਰਤੇ ਹੋ ਜੋ ਕੋਰਟ ਮੇਂ ਮੌਜੂਦ ਹੈ, ਇਹਨਾਂ ਨੇ ਆਈਡੈਂਟੀਫਾਈ ਕੀਤਾ। ਇਹਨਾਂ ਨੂੰ ਪੁੱਛਿਆ ਗਿਆ ਕਿ ਉਸ ਵੇਲੇ ਕੀ ਹੋਇਆ ਸੀ, ਇਹਨਾਂ ਨੇ ਬੜੀ ਕਲੈਰਿਟੀ ਨਾਲ ਦੱਸਿਆ। ਜਦੋਂ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਬੜੀ ਕਲੈਰਿਟੀ ਨਾਲ ਆਖਿਆ ਕਿ ਇਹ ਲੈਕਚਰ ਦੇ ਰਿਹਾ ਸੀ ਔਰ ਇਸਨੇ ਆਖਿਆ ਕਿ ਸਿੱਖੋ ਨੇ ਹਮਾਰੀ ਮਾਂ ਕਾ ਕਤਲ ਕੀਆ ਹੈ, ਹਮ ਸਿੱਖੋ ਕਾ ਕਤਲ ਕਰੇਂਗੇ। ਇਹਨੇ ਉਕਸਾਇਆ, ਇਸਨੇ ਮੌਬਸ ਨੂੰ ਲੀਡ ਕੀਤਾ। ਮੀਡੀਆ ਦੇ ਰੂਬਰੂ ਹੋਏ ਮਨਜਿੰਦਰ ਸਿਰਸਾ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਇਲਜ਼ਾਮ ਲਗਾਏ ਕਿ ਬੀਤੇ ਦਿਨ ਮੁਲਜ਼ਮਾਂ ਨੇ ਉਹਨਾਂ ਨੂੰ ਉਕਸਾਇਆ ਸੀ ਤੇ ਕਾਂਗਰਸ ਨੇ ਮੁੜ ਤੋਂ ਆਪਣੇ ਗੁੰਡੇ ਉੱਥੇ ਭੇਜੇ। ਇਸ ਨਾਲ ਹੀ ਮਹਿਪਾਲਪੁਰ ਮਾਮਲੇ 'ਚ ਦੋਸ਼ੀ ਦੇ ਮੂੰਹ ਤੇ ਥੱਪੜ ਜੜਨ ਦੇ ਮਾਮਲੇ 'ਚ ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ। ਸਿਰਸਾ ਨੇ ਫੂਲਕਾ ਨੂੰ ਵੀ ਜਵਾਬ ਦਿੱਤਾ ਤੇ ਕਿਹਾ ਕਿ ਫੂਲਕਾ ਤੇ ਆਪ ਸਿਰਫ ਵੋਟਾਂ ਦੀ ਸਿਆਸਤ ਕਰਦੇ ਨੇ ਤੇ ਸਿੱਖ ਵੋਟ ਹਾਸਲ ਕਰਨ ਸਮੇਂ ਆ ਜਾਂਦੇ ਨੇ ਤੇ ਬਾਅਦ ਵਿੱਚ ਦਿਖਦੇ ਵੀ ਨਹੀਂ। ਜਿਸ ਮੇਂ ਅਕਿਊਜ਼ਡ ਕੋ ਕੋਰਟ ਮੇਂ ਪੇਸ਼ ਕੀਆ ਜਾਤਾ ਹੈ ਸੈਂਟੈਂਸ ਸੁਣਾਨੇ ਕੇ ਲੀਏ, ਉਨਕੋ ਆਲਰੇਡੀ ਕਨਵਿਕਟ ਕਰ ਚੁਕੇ ਹੈ, ਦੋ ਕਨਵਿਕਟਿਡ ਹੈ। ਜਬ ਉਨਕੋ ਕੋਰਟ ਮੇਂ ਪੇਸ਼ ਕੀਆ ਜਾਤਾ, ਕਾਂਗਰਸ ਕੇ ਬਹੁਤ ਸਾਰੇ ਗੁੰਡੇ ਸਾਥ ਮੇਂ ਆਤੇ ਹੈ ਔਰ ਵਹਾਂ ਆਕਰ ਕੋਰਟ ਕੇ ਪ੍ਰਮਿਸਿਸ ਕੇ ਅੰਦਰ ਗੁੰਡਾਗਰਦੀ ਕਰਤੇ ਹੈ। ਯਹਾਂ ਤੱਕ ਕਹਤੇ ਹੈ ਇਨਕੋ 84 ਫਿਰ ਸੇ ਯਾਦ ਕਰਾ ਦੇਂਗੇ। ਜੋ ਅਕਿਊਜ਼ਡ ਹੈ ਵੋ ਬਦਤਮੀਜ਼ੀ ਕਰ ਰਹਾ ਹੈ, 34 ਸਾਲ ਬਾਅਦ ਵੀ ਇਨ ਲੋਗੋ ਕਾ ਰਵੱਈਆ ਨਹੀਂ ਬਦਲ ਰਹਾ। 34 ਸਾਲ ਬਾਅਦ ਜਬ ਇਨਸਾਫ ਮਿਲਨੇ ਕੀ ਬਾਰੀ ਆਈ ਤੋ ਕਾਂਗਰਸ ਕੋ ਲਗਾ ਹਾਂ ਹਾਂ ਹਮਾਰੇ ਲੋਗੋ ਕੋ ਸਜ਼ਾ ਕੈਸੇ ਹੋ ਸਕਤੀ ਹੈ, 34 ਸਾਲ ਤੱਕ ਹਮ ਇਨਸਾਫ ਨਹੀਂ ਮਿਲਤਾ ਔਰ ਫਿਰ ਵੀ ਹਮਾਰੇ ਸਾਥ ਇਸ ਤਰ੍ਹਾਂ ਕਾ ਵਰਤਾਵ ਕੀਆ ਜਾਤਾ ਹੈ। ਤੰਜ ਕੈਸੇ ਜਾਤੇ ਹਮਾਰੇ ਪੇ ਜੈਸੇ ਹਮਨੇ ਕੋਈ ਜੁਰਮ ਕੀਆ ਹੋ, ਜੈਸੇ ਹਮਨੇ ਕੋਈ ਗਲਤੀ ਕੀ ਹੋ, ਹਮਨੇ ਕੋਈ ਸਜ਼ਾ ਵਾਲਾ ਕੰਮ ਕੀਆ ਹੋ। ਅਭੀ ਵੀ ਹਮਾਰਾ ਇਤਨੇ ਸੀਨੀਅਰ ਆਦਮੀ ਇਹ ਕਹਿ ਰਹੇ ਹੈ ਮੁਝੇ ਅਫਸੋਸ ਹੈ। ਭਾਈ ਤੁਮੇ ਅਫਸੋਸ ਹੋਗਾ, ਮੁਝੇ ਅਫਸੋਸ ਨਹੀਂ ਹੈ, ਬਿਲਕੁਲ ਅਫਸੋਸ ਨਹੀਂ ਹੈ, ਅਫਸੋਸ ਇਸ ਬਾਤ ਕਾ 8000 ਲੋਕ ਮਾਰੇ ਗਏ। 34 ਸਾਲਾਂ ਬਾਅਦ ਵੀ ਸਿੱਖਾਂ ਦੇ ਜ਼ਖਮ ਤਾਜ਼ਾ ਨੇ ਤੇ ਇਹਨਾਂ ਜ਼ਖਮਾਂ ਤੇ ਮਲਮ ਉਦੋਂ ਹੀ ਲੱਗੇਗੀ ਜਦੋਂ 84 ਦੇ ਹਰ ਇੱਕ ਮੁਲਜ਼ਮ ਨੂੰ ਸਜ਼ਾ ਮਿਲੇਗੀ। ਪਰ ਇਸ ਦੇ ਨਾਲ ਹੀ ਸਰਕਾਰ ਦੇ ਲੋਕਾਂ ਨੂੰ ਵੀ ਤਿਆਰ ਤੇ ਸਮਝਦਾਰ ਰਹਿਣਾ ਚਾਹੀਦਾ ਹੈ ਕਿ ਸਥਿਤੀ ਕਿਸੇ ਵੀ ਹਾਲਾਤ 'ਚ ਪਹਿਲਾਂ ਵਾਂਗ ਨਾ ਹੋਵੇ। ਨਿਊਜ਼ ਡੈਸਕ ਰਿਪੋਰਟ, ਜੈਸ ਪੰਜਾਬੀ।